ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਮਿੱਤਰਾਂ ਦੀ ਮਜਬਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਕੱਢ ਕਲੇਜਾ ਕੀਤਮ ਬੈਰੇ ਸੋ ਵੀ ਲਾਇਕ ਨਾਹੀਂ ਤੇਰੇ ਹੋਰ ਤੋਫੀਕ ਨਹੀਂ ਕੁਛ ਮੇਰੇ ਪੀਓ ਕਟੋਰਾ ਪਾਣੀ ਦਾ। ਮਿੱਤਰਾਂ ਦੀ ਮਜਬਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ। ਮਿੱਤਰਾਂ ਦੀ ਮਜਬਾਣੀ 'ਚ ਅੱਜ ਸਾਡੇ ਨਾਲ ਬਹੁਤ ਹੀ ਮਹਾਨ ਮਹਿਮਾਨ ਸਾਡੇ ਕੋਲ ਨੇ। ਇਸ ਮਜਬਾਣੀ 'ਚ ਗੱਲਬਾਤ ਅਸੀਂ ਕਰ ਰਹੇ ਹਾਂ ਸੱਯਦ ਨੂਰ ਸਾਹਿਬ ਦਾ ਨਾਮ ਇੱਕ ਰੋਜ਼ੇ ਰੋਸ਼ਨ ਗੁਰੂ ਜਾਂ ਇਹ ਸਾਰੇ ਵੇਖਦੇ ਨੇ, ਇਹਨਾਂ ਨੂੰ ਸੁਣਦੇ ਨੇ, ਇਹਨਾਂ ਦੀਆਂ ਗੱਲਾਂ ਵੀ ਔਰ ਇਹਨਾਂ ਦੀਆਂ ਫਿਲਮਾਂ, ਇਹਨਾਂ ਦਾ ਕੰਮ, ਕਹਾਣੀਆਂ, ਬਹੁਤ ਹੀ ਗੁਣਵੰਤੀ ਔਰ ਗੁਣੀ ਗਿਆਨੀ ਲੋਕ। ਸ਼ਾਹ ਜੀ, ਜੀ ਆਇਆਂ ਨੂੰ ਬੜੀ ਮਿਹਰਬਾਨੀ ਗਾਜ਼ੀ ਸਾਹਿਬ। ਬਾਤ ਇਹ ਹੈ ਕਿ ਇਤਨੀ ਅੱਛੀ ਆਪਣੇ ਪੰਜਾਬੀ ਬੋਲੀ ਹੈ ਕਿ ਮੁਝੇ ਪੰਜਾਬੀ ਬੋਲਤੇ ਹੋਏ ਸ਼ਰਮ ਆ ਰਹੀ ਹੈ। ਔਰ ਸ਼ਰਮ ਇਸ ਲਈ ਆ ਰਹੀ ਹੈ ਕਿ ਹਮਨੇ ਛੋੜ ਹੀ ਦੀ ਹੈ ਪੰਜਾਬੀ ਬੋਲਣੀ। ਅਬ ਇਹ ਮੈਂ ਉਰਦੂ ਜਾਣ ਬੁੱਝ ਕੇ ਬੋਲ ਰਹਾ ਹੂੰ, ਜੀ ਅਭੀ ਮੈਂ ਪੰਜਾਬੀ ਮੇ ਆਊਂਗਾ। ਬਿਲਕੁਲ ਠੀਕ, ਇਹ ਮੇਰੇ ਲਈ ਕੰਪਲੀਮੈਂਟ ਹੈ ਕਿ ਇਤਨੀ ਅੱਛੀ ਪੰਜਾਬੀ ਬੋਲੀ ਕਿ ਮੈਂ ਬੋਲ ਨਹੀਂ ਪਾ ਰਿਹਾ। ਤੋ ਲਿਹਾਜ਼ਾ ਮੈਂ ਬੜੀ ਮਾਫੀ ਚਾਹਨਾ ਜਰਾ ਮੇਰੇ ਲਈ ਅਜ਼ਾਦ ਹੈ ਸ਼ਾਹ ਜੀ, ਤੁਹਾਡੇ ਲਈ। ਕਿੱਡੀ ਸੋਹਣੀ ਤੁਸੀਂ ਪੰਜਾਬੀ ਬੋਲੀ। ਜਿਉਂਦੇ ਰਹੋ, ਜਿਉਂਦੇ ਰਹੋ।